ਕਿੰਨਾ ਟਾਈਮ ਹੋ ਗਿਆ ਦਿੱਲੀ ਬੈਠਣ ਨੂੰ? ਸ਼ੁਰੂ ਤੋਂ ਹੀ ਉੱਥੇ ਹੱਥ ਖੜਾ ਕਰ ਕਰਕੇ ਦੱਸੋ ਸਾਰੇ ਉਧਰ ਤੁਹਾਨੂੰ ਦਿੱਲੀ ਕਿਹੜੇ ਕਿਹੜੇ ਜਾ ਕੇ ਆਇਆ ਸਾਰੇ? ਕਿਆ ਬਾਤ ਹੈ, ਭੰਗੜੇ ਵਾਲੇ ਦਿਨ ਸਲੂਟ ਹੈ ਤੁਹਾਨੂੰ ਪਤਾ ਜੀ, ਕਿਉਂਕਿ ਜਿਹੜਾ ਹੁਣ ਮੁੰਡਾ ਬਣ ਗਿਆ ਉਹ ਕੱਲਾ ਕਿਸਾਨ ਦਾ ਨਹੀਂ ਰਿਹਾ, ਜਿਹੜਾ ਬੰਦਾ ਹਰ ਟਾਈਮ ਦੋ ਟਾਈਮ ਦੀ ਰੋਟੀ ਖਾਂਦਾ ਹਰੇਕ ਦਾ ਉੱਥੇ ਜਾਣਾ ਹੁਣ ਫਰਜ਼ ਬਣ ਗਿਆ। Yeah.